ਮੋਗਾ ਦੇ ਐਮਐਲਏ ਡਾਕਟਰ ਹਰਜੋਤ ਕਮਲ ਨੇ ਕੌਂਸਲਰਾਂ ਸਰਪੰਚਾਂ ਦੇ ਨਾਲ ਮਿਲ ਕੇ ਸ਼ਕਤੀ ਪ੍ਰਦਰਸ਼ਨ ਕੀਤਾ ਹੈ। ਉਹਨਾਂ ਦੇ ਆਪਣੀ ਪਾਰਟੀ ਦੇ ਖਿਲਾਫ ਬਾਕੀ ਸੁਰ ਦਿਖਾਈ ਦਿੱਤੇ ਹਨ। ਇਸ ਮੌਕੇ ਤੇ ਬਿਨਾਂ ਮਾਸਕ ਦੇ ਐਮਐਲਏ ਸਰਪੰਚ ਅਤੇ ਕੌਂਸਲਰ ਦਿਖਾਈ ਦਿੱਤੇ। ਮੈਂ ਮਨਿੰਦਰ ਕੌਰ, ਸਰਪੰਚ ਜ਼ਿਲ੍ਹਾ ਮੋਗਾ, ਪਿੰਡ ਸਲੀਣਾ। ਮੈਂ ਪੂਰੇ ਤੌਰ 'ਤੇ ਸਮਰਥ ਕਰਦੀ ਹਾਂ ਕਿ ਅਸੀਂ ਐਮਐਲਏ ਸਾਹਿਬ ਡਾਕਟਰ ਜੋਤ ਕਮਲ ਦੇ ਨਾਲ ਹਾਂ। ਸਾਡੇ ਹਲਕੇ ਦੇ ਜਿੰਨੇ ਵੀ ਐਮਐਲਏ ਆ, ਉਹ ਐਮਐਲਏ ਉਹਨਾਂ 'ਚੋਂ ਸਭ ਤੋਂ ਵਧੀਆ ਐਮਐਲਏ ਸਾਡੇ ਹਰਜੋਤ ਕਮਲ ਜੀ ਆ। ਸਾਡੇ ਹਲਕੇ ਦੇ ਜਿੰਨੇ ਵੀ ਸਰਪੰਚ ਆ, 42 ਟੋਟਲ ਸਰਪੰਚ, ਅਸੀਂ ਦਿਲ ਦਿਲੋਂ ਐਮਐਲਏ ਸਾਹਿਬ ਦੀ ਸਪੋਰਟ ਕਰਦੇ ਹਾਂ ਅਤੇ ਇਹਨਾਂ ਦਾ ਸਮਰਥਨ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਜਿਹੜੇ ਵਿਧਾਇਕ ਹਰਜੋਤ ਕਮਲ ਦੀ ਸੀਟ ਆ ਮੋਗੇ ਤੋਂ ਹੀ ਉਹਨਾਂ ਨੂੰ ਦਿੱਤੀ ਜਾਵੇ ਅਤੇ ਅਸੀਂ ਮੋਗੇ ਤੋਂ ਉਹਨਾਂ ਨੂੰ ਵੱਧ ਤੋਂ ਵੱਧ ਲੀਡ ਭੇਜ ਦੇਵਾਂਗੇ। ਮੈਂ ਸਤਨਾਮ ਸਿੰਘ, ਪਿੰਡ ਮੇਰਾ ਬੇਸਰੀ ਆ, ਔਰ ਮੈਂ ਹਲਕੇ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਜਦੋਂ ਜਿਮਨੀ ਚੋਣ ਹੋਈ ਸੀ, ਜੈਨ ਸਾਹਿਬ ਸੀਗੇ ਕਾਂਗਰਸ ਤੋਂ ਲਗਾਤਾਰ ਜਿੱਤਦੇ ਰਹੇ ਆ, ਉਹਨਾਂ ਨੂੰ ਜਦੋਂ ਅਕਾਲੀ ਦਲ ਨੇ ਬਾਂਹ ਮਰੋੜ ਕੇ ਕਾਂਗਰਸ ਸ਼ਾਮਿਲ ਕਰ ਲਿਆ, ਤਾਂ ਜਿੰਨੇ ਵੀ ਕਾਂਗਰਸੀ ਸਾਰੇ ਸੀ ਪਿੰਡਾਂ ਦੇ ਉਹਨਾਂ ਨਾਲ ਚਲੇ ਗਏ, ਔਰ ਡਾਕਟਰ ਹਰਜੋਤ ਕਮਲ ਜੀ ਪਿਛਲੇ ਲੰਬੇ ਸਮੇਂ ਤੋਂ 9 ਸਾਲਾਂ ਤੋਂ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜੋੜਦੇ ਰਹੇ। ਬੜੀ ਆਪਦੀ ਮਿਹਨਤ ਨਾਲ ਟੀਮ ਤਿਆਰ ਕੀਤੀ, ਟੀਮ ਤਿਆਰ ਕਰਨ ਤੋਂ ਬਾਅਦ ਪਿਛਲੀ ਵਾਰ ਇਲੈਕਸ਼ਨ ਲੜੇ, ਲੋਕਾਂ ਨੇ ਬੜੀਆ ਵਧੀਆ ਸਮਰਥਨ ਦੇ ਕੇ ਉਹਨੂੰ ਐਮਐਲਏ ਬਣਾਇਆ, ਪਿੰਡਾਂ ਦੇ ਸਰਪੰਚ ਬਣਾਏ, ਅਸੀਂ 32 ਕੋਲ ਐਮਸੀ ਬਣੇ ਸਾਡੇ, ਅਤੇ 42 ਸਾਡੇ ਕੋਲ ਸਰਪੰਚ ਆ, ਔਰ ਸਾਡੀ ਹੁਣ ਪੂਰੀ ਟੀਮ ਤਿਆਰ ਹੋ ਚੁੱਕੀ ਆ। ਅਤੇ ਜੇ ਸਾਨੂੰ ਉਹ ਹਾਈ ਕਮਾਂਡ ਟਿਕਟ ਨਹੀਂ ਦਿੰਦਾਗਾ ਤਾਂ ਬਹੁਤ ਮਾੜੀ ਗੱਲ ਆ। ਹੁਣ ਸਾਡੀ ਟੀਮ ਤਿਆਰ ਆ, ਅਸੀਂ ਇਲੈਕਸ਼ਨ ਜਿੱਤ ਕੇ ਕਾਂਗਰਸ ਝੋਲੀ ਪਾਵਾਂਗੇ, ਔਰ ਅਸੀਂ ਹਾਈ ਕਮਾਂਡ ਨੂੰ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਟਿਕਟ ਦੇ ਕੇ ਮੋਗੇ ਤੋਂ ਨਵਾਜਿਆ ਜਾਵੇ। ਜਿਹੜੇ ਸੈਲੀਬ੍ਰੇਟ ਲੋਕ ਨੇ, ਜਿਹੜੇ ਹੈਗੇ ਉਹ ਬੰਬੇ ਤੋਂ ਆਏ ਲੋਕ ਨੇ, ਸਾਡਾ ਮੋਗੇ ਦਾ ਹਾਲ ਗੁਰਦਾਸਪੁਰ ਹਾਲ ਨਾ ਕਰ ਦਿਉ। ਉਹ ਜਿੱਤ ਕੇ ਜਾ ਕੇ ਮੁੜ ਕੇ ਬੰਬੇ ਬਹਿ ਜਾਂਦੇ, ਲੋਕਾਂ ਦਾ ਹਾਲ ਨਹੀਂ ਪੁੱਛਦੇ ਗੇ, ਔਰ ਸਾਡੇ ਹਲਕੇ ਦੇ ਇਹ ਡਾਕਟਰ ਸਾਹਿਬ ਰਹਿਣ ਵਾਲੇ ਆ, ਲੋਕਾਂ 'ਚ ਵਿਚਰਨ ਵਾਲੇ ਆ। ਹਰ ਹਰੇਕ ਦੇ ਵਿਆਹ, ਗਰੀਬ ਦੇ ਅਮੀਰ ਦੇ ਵਿਆਹ ਛੱਡੀ ਜਾਂਦੇ ਆ, ਸਾਡੇ ਦੁੱਖਾਂ ਅਤੇ ਸੁੱਖਾਂ ਦੇ ਵਿੱਚ ਹਾਜ਼ਰ ਹੁੰਦੇ ਨੇ, ਔਰ ਅਸੀਂ ਕਹਿੰਦੇ ਹਾਂ ਕਿ ਸਾਨੂੰ ਇਹਨਾਂ ਨੂੰ ਟਿਕਟ ਦੇ ਕੇ ਮੋਗੇ ਹਲਕੇ ਦੀ ਸੇਵਾ ਕਰਨ ਦਾ ਮੌਕਾ ਫਿਰ ਦਿੱਤਾ ਜਾਵੇ, ਤਾਂ ਕਿ ਦੁਬਾਰਾ ਜਿਹੜਾ ਹਲਕੇ ਦਾ ਵਿਕਾਸ ਹੋਇਆ, ਪਿੰਡਾਂ ਦਾ ਜਿਹੜਾ ਇੱਦਾਂ ਦਾ ਵਿਕਾਸ ਹੋਇਆ, ਸ਼ਹਿਰਾਂ ਵਰਗਾ ਹਰੇਕ ਪਿੰਡਾਂ ਵਿੱਚ ਲੈ ਜਾਓ, ਉੱਥੇ ਇੰਟਰਲੋਕ ਲੱਗੀ ਹੋਈ ਆ ਪਿੰਡਾਂ ਦੇ ਸਰਪੰਚ, ਜਿੰਨਾ ਵਿਕਾਸ ਹੁਣ ਇਸ ਟਾਈਮ ਦੇ ਵਿੱਚ ਹੋਇਆ 2017 ਤੋਂ ਲੈ ਕੇ 19-22 ਤੱਕ ਦਾ, ਤੁਸੀਂ ਜਾ ਕੇ ਪਿੰਡਾਂ 'ਚ ਦੇਖੋ, ਉਹ ਡਾਕਟਰ ਹਰਜੋਤ ਕਮਲ ਦੀ ਸਹਿਮਤੀ ਦੇ ਵਿੱਚ, ਰਾਜ ਦੇ ਵਿੱਚ ਜਿੰਨਾ ਵਿਕਾਸ ਹੋਇਆ ਤੁਸੀਂ ਜਾ ਕੇ ਪਿੰਡਾਂ 'ਚ ਵੇਖੋ, ਔਰ ਅਸੀਂ ਚਾਹੁੰਦੇ ਵਿਕਾਸ ਦੀ ਦਰ ਟੁੱਟੇ ਨਾ, ਦੁਬਾਰਾ ਫਿਰ ਚੱਲਦੀ ਰਹੇ। ਉੱਧਰ 22 ਤੋਂ ਲੈ ਕੇ ਅਸੀਂ ਜਿਹੜੇ ਅਗਲੀ ਟਰਮ 17 ਤੱਕ ਦੀ 27 ਤੱਕ ਦੀ ਟਰਮ ਦੇ ਵਿੱਚ ਹੋਰ ਪਿੰਡਾਂ ਦਾ ਵਿਕਾਸ ਕਰਕੇ ਲੋਕਾਂ ਨੂੰ ਵਧੀਆ ਸਮਰਥਨ, ਵਧੀਆ ਰਾਜ ਦੇ ਸਕੀਏ। ਅਸੀਂ ਜਿੰਨੇ ਵੀ ਸਾਡੇ ਪਿੰਡਾਂ ਤੋਂ ਸਰਪੰਚ ਹੈ, ਪੰਚ ਹੈ, ਸਾਡੇ ਸ਼ਹਿਰ ਦੇ ਕੌਂਸਲਰ ਸਾਹਿਬਾਨ ਆ, ਚਾਹੇ ਬਲਾਕ ਸਮਿਤੀ ਮੈਂਬਰ ਆ, ਚਾਹੇ ਚੇਅਰਮੈਨ ਸਾਹਿਬ ਆ, ਅਸੀਂ ਸਾਰੇ ਡਾਕਟਰ ਹਰਜੋਤ ਕਮਲ ਜੀ ਦੇ ਨਾਲ ਆ ਅਤੇ ਨਾਲ ਹੀ ਰਵਾਂਗੇ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼, ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ, ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼, ਅਜੀਤ।